ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਝੱਖੜਵਾਲ, ਤਹਿਸੀਲ ਜੈਤੋ ਮੰਡੀ, ਅਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਰਹਿ ਜਾਂਦਾ ਸੱਜਣੋ, ਕਹਿੰਦੇ ਵੀ ਫਰੀਦਕੋਟ, ਚੌਥੇ ਜ਼ਿਲ੍ਹੇ 'ਚ ਐਂਟਰ ਹੋ ਗਿਆ। ਅੱਜ ਆਪਾਂ ਜਦੋਂ ਘਰੋਂ ਤੁਰੇ ਤਾਂ ਪਹਿਲਾਂ ਸੰਗਰੂਰ ਪੈ ਗਿਆ, ਫਿਰ ਬਰਨਾਲਾ ਪੈ ਗਿਆ, ਫਿਰ ਪੈ ਗਿਆ ਬਠਿੰਡਾ, ਅਤੇ ਹੁਣ ਚੌਥਾ ਪੈ ਗਿਆ ਸੱਜਣੋ ਫਰੀਦਕੋਟ। ਇੰਨੀ ਦੂਰ ਬਾਈ ਨੇ ਮੈਨੂੰ ਫੋਨ 'ਤੇ ਇੱਕ ਗੱਲ ਆਖੀ ਸੀ, ਕਹਿੰਦਾ ਜਦੋਂ ਨੇੜੇ ਆਵੇਂਗਾ ਤੈਨੂੰ ਚੀਜ਼ ਦੀ ਕੁਆਲਿਟੀ ਦੱਸੂਗੀ। ਉਸੇ ਕਰਕੇ 100-150 ਮੀਲ ਆਪਾਂ ਚੱਲ ਕੇ ਵੀ ਆਏ ਹਾਂ ਵੀ ਬਾਕੀ ਕੁਆਲਿਟੀ ਬਾਈ ਦਾ ਜਿਹੜਾ ਮਨ ਆ ਮੇਰਾ, ਮਨ ਨੂੰ ਰਿਹਾ ਕੇ ਚੀਜ਼ ਦੇਖ ਕੇ ਯਾਰ ਖੁਸ਼ ਹੋ ਗਿਆ। ਇੱਕ ਕੱਟਾ ਦਿਖਾਵਾਂਗੇ ਦੰਦਾਂ 'ਚ, ਆ ਹਲੇ ਛੋਟੀ ਉਮਰ ਦਾ ਹੈ, ਮਾਦਰ ਫਾਦਰ ਦਾ ਜਿਹੜਾ ਰਿਕਾਰਡ ਹੈ ਉਹ ਹੈਗਾ ਬਿਲਕੁਲ ਟੋਪਰ। ਵੇਚਣਾ ਬਾਈ ਨੇ ਹੈ ਨਹੀਂ, ਦਿਖਾਉਣਾ ਸ਼ੌਂਕ ਨੂੰ ਆ। ਅਤੇ ਬਾਕੀ ਕਰੋਸਿੰਗ ਵਾਸਤੇ ਸੰਪਰਕ ਇਸ ਏਰੀਏ ਵਾਲੇ ਕਰ ਲਿਓ, ਅੱਜ ਬਾਈ ਨਾਲ ਕਰਾਈਏ ਗੱਲਬਾਤ। ਪਹਿਲਾਂ ਹੋਰ ਬਾਈ ਜੀ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਵੀਰ ਜੀ। ਚੜ੍ਹਦੀ ਕਲਾ? ਹਾਂਜੀ ਹਾਂਜੀ। ਨਾਮ ਦੱਸ ਦਿਓ ਜੀ। ਸੁਖਜਿੰਦਰ ਸਿੰਘ ਛਿੰਦਾ ਜੀ। ਸੁਖਜਿੰਦਰ ਸਿੰਘ ਛਿੰਦਾ, ਪਿੰਡ ਝੱਖੜਵਾਲਾ ਜੀ, ਤਹਿਸੀਲ ਤੇ ਜ਼ਿਲ੍ਹਾ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ ਜੀ। ਇਹਦੇ ਨੇੜ ਤੇੜ ਆਪਣੇ ਕੋਈ ਮੇਨ ਸ਼ਹਿਰ ਕਿਹੜਾ ਰਹੇਗਾ ਬਾਈ? ਨੇੜ ਬਗਰਾੜੀ ਰਹੇ ਗਈ ਤੇ ਬਾਜਾ ਖਾਨਾ ਜੀ। ਬਾਜਾ ਖਾਨਾ ਕਿੰਨੀ ਦੂਰ ਹੈ? 4 ਕਿਲੋਮੀਟਰ ਬਾਜਾ ਖਾਨਾ, 2 ਕਿਲੋਮੀਟਰ ਬਗਰਾੜੀ। ਬਾਜਾ ਖਾਨਾ ਆ ਗਿਆ 4 ਕਿਲੋਮੀਟਰ, ਬਾਜੇ ਖਾਨੇ ਨੂੰ ਤਕਰੀਬਨ ਆਲ ਵਰਲਡ ਹੀ ਜਾਣਦਾ, ਹਰਜੀਤ ਬਰਾੜ। ਹਾਂਜੀ ਹਾਂਜੀ ਹਾਂਜੀ। ਧਰਤੀ ਕਰਮਾ ਵਾਲੀ ਆ, ਤਕੜੇ ਯੋਧੇ ਪੈਦਾ ਕਰੇ ਨੇ ਇਸ ਏਰੀਏ ਨੇ, ਤੇ ਹੁਣ ਮਾਰਦੇ ਘਰੀ ਕੱਟੇ ਦੇ ਸੈੱਟ ਵਾਲਾ ਖੜਾ ਇੱਥੋਂ ਹੀ, ਇੱਥੋਂ ਦਿਖਾ ਦੇ ਲੰਬਾਈ, ਆਉਣਾ ਨਹੀਂ ਹੁਣ ਤੇਰੇ ਕੈਮਰੇ 'ਚ, ਮੈਨੂੰ ਐਂ ਲੱਗਦਾ ਹੈਗਾ ਜੈੱਡ ਬਲੈਕ ਆ ਸਾਰਾ। ਜੈੱਡ ਬਲੈਕ ਆ ਗਿਆ, ਜੈੱਡ ਬਲੈਕ। ਉਮਰ ਕਿੰਨੀ ਕਾ ਬਾਈ ਦੀ? ਉਮਰ ਇਹਦੀ 3.5 ਸਾਲ ਹੋ ਗਈ ਵੀਰ। 3.5 ਸਾਲ, 4 ਦੰਦ ਕਰ ਗਿਆ ਬਰਾਬਰ? ਨਹੀਂ ਕੀਤੇ ਜੀ, ਹਜੇ 2 ਦੰਦ ਕੀਤੇ ਆ ਜੀ। ਅੱਛਾ ਜੀ, ਚੌਂਕ ਦੇ ਸਿੱਟੇ ਹੋਏ ਨੇ? ਹਾਂਜੀ, ਇੱਕ ਸਿੱਟਿਆ ਜੀ। ਇੱਕ ਸਿੱਟਿਆ ਜੀ? ਹਾਂਜੀ। ਮਾਰ ਨਹੀਂ ਖਾਂਦਾ ਹੈਗਾ ਕੱਟਾ ਕਿਸੇ ਵੀ ਪੱਖ ਤੋਂ, ਬਾਡੀ ਬੂਡੀ ਦੇ ਹਿਸਾਬ ਨਾਲ ਤੁਹਾਨੂੰ ਸਾਹਨ ਲੱਗੂਗਾ, ਪਰ ਮੈਂ ਇਹਨੂੰ ਕੱਟਾ ਕਹੂੰਗਾ ਕਿਉਂਕਿ ਬਾਈ ਇਹ ਨਵੀਂ ਉਮਰ 'ਚ ਆ ਗਿਆ ਹਨਾ ਜੀ। ਹਾਂਜੀ ਹਾਂਜੀ, ਅਜੇ ਵੱਡੇ ਝੋਟਿਆਂ ਦੀ ਗਿਣਤੀ 'ਚ ਆਉਣ ਨਹੀਂ ਲੱਗਿਆ। ਮੈਂ ਬਾਈ ਨੂੰ ਗੱਲਬਾਤ ਇਹੀ ਕਰੇ ਵੀ ਬਾਈ ਯਾਰ ਇਹਨੂੰ ਧਨੌਲੇ ਮੇਲੇ ਦੀ ਵੀ ਪਾ, ਕੋਸ਼ਿਸ਼ ਮੇਰੀ ਰਹੂਗੀ ਵੀ ਇਹ ਕੱਟੇ ਨੂੰ ਆਪਾਂ ਮੇਲੇ 'ਤੇ ਜ਼ਰੂਰ ਦਿਖਾਈਏ ਸੱਜਣਾ ਨੂੰ ਬਾਈ। ਜ਼ਰੂਰ ਜੀ ਜ਼ਰੂਰ। 4 ਦੰਦ 'ਚ ਵੀ ਨੰਬਰ ਚੱਕ ਸਕਦਾ, ਅਤੇ ਵੱਡੇ ਸਾਨਾਂ ਨੂੰ ਵੀ ਇਹ ਪਾਊਗਾ ਬਾਈ, ਵਿਵਸਥਾ ਜਦੋਂ ਜਾ ਕੇ ਖੜੂਗਾ ਨਾ। ਹਾਂਜੀ। ਕੱਦ ਦਿਖਾਇਓ ਨਾਲ ਖੜ ਕੇ, ਇਹਦੇ ਕੱਦ ਦਾ ਆਈਡੀਆ ਵੀ ਕਰਾ ਦੇਣਾ ਵੀ ਕੱਦ ਵੀ ਝੋਟੇ ਦਾ ਯਾਰ ਬਹੁਤ ਡਬਲ ਹੋਊਗਾ ਮੇਰਾ ਖਿਆਲ। ਆਪਣਾ ਕੱਦ ਕਿੰਨਾ ਬਾਈ? ਮੇਰਾ 6 ਫੁੱਟ ਆ ਵੀਰੇ ਪੂਰਾ। ਹਾਂਜੀ, ਇਹਦਾ 6 ਤੋਂ ਥੋੜਾ ਹੀ ਦਬਦਾ ਹੋਊਗਾ। ਹਾਂਜੀ, 2 ਇੰਚ ਦਬਦਾ ਬਸ, ਇੰਚ 2 ਇੰਚ ਹੀ ਦਬੂਗਾ ਕੱਦ ਇਹਦਾ 6 ਫੁੱਟ ਤੋਂ। ਇਹਦਾ ਫਾਦਰ ਕਿਹੜਾ ਬਾਈ? ਇਹ ਹੈਗਾ ਮੋਦੀ ਦਾ ਜੀ, ਲਕਸ਼ਮੀ ਡੈਰੀ ਫਾਰਮ ਜੀ। ਠੀਕ ਆ ਜੀ, ਲਕਸ਼ਮੀ ਡੈਰੀ ਫਾਰਮ ਵਾਲੇ ਦੇ ਮੋਦੀ ਦਾ? ਮੋਦੀ ਦਾ। ਹਾਂਜੀ, ਸੀਮਨ ਆਪਣੇ ਆਪ ਆ ਕੇ ਆਪ ਰਾਈ, ਕੋਈ ਮੰਨ ਲਓ ਵੀ ਇਹਦਾ ਡੀਐਨਏ ਟੈਸਟ ਕਰਾਵੇ, ਆਪਾਂ ਤਿਆਰ ਆ ਕਰਾਉਣ। ਠੀਕ ਆ ਜੀ, ਇਹਦੀ ਮਦਰ ਦਾ ਦੁੱਧ ਕਿੰਨਾ ਕਰਿਆ? ਇਹਦੀ ਮਦਰ ਨੇ 21-21.5 ਕਿਲੋ ਘਰੇ ਦੁੱਧ ਚੁਆਇਆ ਜੀ ਘਰੇ। ਹਾਂਜੀ, ਰਿਕਾਰਡ ਤਾਂ ਨਹੀਂ ਕਰਾਇਆ? ਰਿਕਾਰਡ ਨਹੀਂ ਕਰਾਇਆ। ਉਹ ਆਪਾਂ ਖਰੀਦ ਕੇ ਕਿੱਥੋਂ ਲੈ ਕੇ ਆਏ ਮਦਰੀ ਦੀ? ਉਹ ਹਰਿਆਣੇ 'ਚੋਂ ਲੈ ਕੇ ਆਏ ਸੀ, ਹਰਿਆਣੇ ਦੇ ਵਿੱਚ। ਹਾਂਜੀ, ਇਹ ਜਿਵੇਂ ਆਪਾਂ ਤੁਸੀਂ ਦੱਸਿਆ ਮੈਨੂੰ ਵੀ ਇਹ ਇੱਕ ਦਿਨ ਦਾ ਕਿੰਨੇ ਦਾ ਲਿਆ ਸੀ? ਇੱਕ ਦਿਨ ਦਾ ਆਪਾਂ ਸਕੀ ਭੂਆ ਦੇ ਮੁੰਡੇ ਤੋਂ 30,000 ਦਾ ਲਿਆ ਸੀ। 30,000 ਦਾ? ਹਾਂਜੀ, 1 ਮਹੀਨਾ ਉਹਨੇ ਦੁੱਧ ਪਿਆ ਕੇ ਆਪਾਂ ਨੂੰ ਇਹ ਭੇਜ ਦਿੱਤਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰ ਲਈਏ ਵੀ ਇਹਦੀ 14 ਮਹੀਨਿਆਂ ਦੀ ਵੀ ਤੁਸੀਂ ਇੱਕ ਵੀਡੀਓ ਕਰਾਈ? ਹਾਂਜੀ, 14 ਮਹੀਨੇ ਦੀ ਵੀਡੀਓ। ਉਦੋਂ ਕਿੰਨੇ ਕ ਪੈਸੇ ਲੱਗਦੇ ਤੇ ਬਾਈ? ਉਦੋਂ 3-65 ਲੱਗਾ ਸੀ, ਉਦੋਂ ਸਾਡਾ ਵੇਚਣ ਦੀ ਉਦੋਂ ਵੀ ਕੋਈ ਸਕੀਮ ਨਹੀਂ ਸੀ ਵੀ ਜ਼ਿਆਦਾ ਫੋਨ ਆਉਣ ਕਰਕੇ, ਫਿਰ ਅਸੀਂ 5 ਦਾ ਕਹਿਤਾ ਸੀ ਵੀ 5 ਦਾ ਦੇ ਦਿਆਂਗੇ। ਠੀਕ ਹੈ ਜੀ। ਹਾਂਜੀ, ਸਕੀਮ ਅੱਜ ਵੀ ਨਹੀਂ ਵੇਚਣੀ? ਸਕੀਮ ਅੱਜ ਵੀ ਨਹੀਂ ਜੀ। ਇਹ ਕਿਵੇਂ ਵੀ ਇੱਕ ਸ਼ੌਂਕ ਹੀ ਆ? ਸ਼ੌਂਕ ਆ ਜੀ ਆਪਾਂ ਨੂੰ, ਬਾਈ ਨੂੰ ਸ਼ੌਂਕ ਹੈਗਾ ਬਾਹਲੀ ਸ਼ਿੱਦਤ ਨਾਲ, ਤੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਆਮ ਜਿਹੜੇ ਸੱਜਣ ਨੇ ਉਹਨਾਂ 'ਚ ਵੀ ਬਾਈ ਚੰਗੀ ਚੀਜ਼ ਰੱਖਣ ਦਾ ਸ਼ੌਂਕ ਬਣ ਜੇ, ਹਨਾ। ਹਾਂਜੀ ਹਾਂਜੀ, ਕਹਿਣ ਦਾ ਭਾਵ ਇਹ ਆ ਬਾਈ ਦਾ, ਇਧਰੋਂ ਗਹਿਰੀ ਟੈਸਟੀਕਲ ਵੀ ਦਿਖਾ ਦੇ, ਕੱਟਾ ਆ ਗਿਆ ਜੈੱਡ ਬਲੈਕ, ਤੇ ਬਾਡੀ ਬੂਡੀ ਦਾ ਪਿੱਠ ਪੁੜੇ ਦਾ ਫੁੱਲ ਵੱਡਾ ਹੀ ਆ ਗਿਆ ਜਿਹੜਾ ਸੱਜਣੇ ਦੇ ਹੱਥ ਕਰੂਗਾ ਨਾ ਉੱਤੇ,
ਚਾਕੀ ਧਰਨਾ ਪਊਗਾ ਹੱਥ। ਇਹਦੀ ਭੈਣ ਵੀ ਵੀਰੇ 5 ਗਰਾਈ ਆਪਾਂ ਸੇਲ ਕੀਤੀ ਹੈ, ਠੀਕ ਹੈ ਜੀ। ਮੰਨ ਲਓ ਵੀ ਪਹਿਲੇ ਸੂਏ ਆਪਾਂ ਘਰੇ 16 ਕਿਲੋ ਦੁੱਧ ਚੋਇਆ ਉਹਦਾ, ਉਹ ਯੁਵਰਾਜ ਦੀ ਸੀ, ਤੇ ਦੂਜੇ ਸੂਏ ਫਿਰ ਉਹਦੇ ਤੋਂ ਮੋਦੀ ਤੋਂ ਸੀਮਨ ਲਵਾ ਕੇ ਤੇ ਆਪਾਂ 2,65,000 ਦੀ ਦਿੱਤੀ ਆ। ਸਾਡੇ ਨੇੜੇ ਮੋਗੇ ਜ਼ਿਲ੍ਹੇ 'ਚ 5 ਗਰਾਈ ਪਿੰਡ ਹੈ। ਇਹਦੀ ਭੈਣ ਹਾਂਜੀ, ਪਹਿਲਾਂ ਨੇ 16 ਕਿਲੋ, ਪਹਿਲਾਂ ਨੇ 16 ਕਿਲੋ ਦਿੱਤਾ, ਮੁੜ ਕੇ 18 ਲੀਟਰ ਦੀ ਗਰੰਟੀ ਦੇ ਦਿੱਤੀ ਆਪਾਂ, ਠੀਕ ਹੈ ਜੀ। ਵੀ ਮਤਲਬ ਜੇ ਗੱਲਬਾਤ ਕਰ ਲਈਏ ਮਿਲਕ ਲੈਣ ਵਾਲੀ ਆ ਗਈ ਫੈਮਿਲੀ ਸਾਰੀ, ਹਾਂਜੀ। ਇੱਕ ਕਰਾਊਸਿੰਗ ਦੀ ਕਿੰਨੀ ਕੁ ਫੀਸ ਆਪਣੀ ਬਾਈ? ਆਪਣੀ 1,000 ਰੁਪਈਆ ਜੀ। 1,000 ਰੁਪਈਆ ਤੇ ਸਿਰਫ 1,000 ਚ ਸੱਜਣੋ ਕੁਆਲਿਟੀ ਦੀ ਚੀਜ਼ ਪੈਦਾ ਕਰ ਦੂਗਾ। ਤੁਹਾਨੂੰ ਗੱਲ ਦੱਸ ਦੇਣਾ, ਜਿਹੜੇ ਹਿਸਾਬ ਨਾਲ ਇਹਦੀ ਭੈਣ ਦਾ ਦੁੱਧ ਦੱਸਦਾ ਬਾਈ, ਇਹਦੀ ਮਾਂ ਦਾ ਦੱਸਦਾ ਤੇ ਇਹਦੀ ਬਲੱਡ ਲੈਣ ਦੱਸਦਾ, ਹਾਂਜੀ। ਵੀ ਨਾਰਮਲ 12-13 ਕਿਲੋ ਵਾਲੀਆਂ ਮੱਝਾਂ ਚੋਂ ਬਾਈ 14-15 ਦੀ ਆਰਾਮ ਨਾਲ ਹੀ ਆਰਾਮ ਪਹਿਲਾਂ ਇਕੱਠੀਆਂ ਇਹਦੀਆਂ ਆਉਣਗੀਆਂ, ਹਨਾ? ਹਾਂਜੀ। ਤੇ ਇੱਕ ਗੱਲ ਹੋਰ ਦੱਸ ਦੇਣਾ, ਸਿੰਗ ਵੀ ਨੀ ਇਹਦਾ ਕੋਈ ਬਣਵਾਇਆ ਹੈਗਾ, ਸਿੰਗ ਵੀ ਨੈਚੁਰਲ ਹੈ ਤੇ ਹੈਗਾ ਬਿਲਕੁਲ ਬੰਦ ਸਿੰਗ ਹੈ, ਤੇ ਕੱਟਾ ਆਪ ਵੀ ਜੈੱਡ ਬਲੈਕ ਹੈ, ਲੰਬਾ ਲੰਬਾ ਤਾਂ ਮੇਰਾ ਖਿਆਲ ਇਹ ਵੱਡੀ ਗੱਡੀ ਚ ਮਸਾ ਕੱਢਦਾ ਹੋਣਾ, ਹਾਂਜੀ। ਪੇਕਅਪ ਚ ਨਹੀਂ ਆਉਂਦਾ ਪੂਰਾ ਜੀ, ਠੀਕ ਹੈ ਗੱਲ। ਕੱਦ ਵੀ ਫੁੱਲ ਵੱਡੇ ਆ ਗਿਆ, ਹਨਾ, ਹਰੇਕ ਪੱਖ ਤੋਂ ਲਾਜਵਾਬ ਆ ਗਿਆ ਕਹਿਣ ਦਾ ਭਾਵ, ਹਾਂਜੀ ਹਾਂਜੀ। ਤੇ ਕਰਾਸਿੰਗ ਵਾਲੇ ਸੱਜਣ ਸੰਪਰਕ ਬਾਈ ਨਾਲ ਕਰ ਸਕਦੇ ਨੇ, ਉਹ ਚਾਹੇ ਜਿਹੜੇ ਮਰਜ਼ੀ ਜ਼ਿਲ੍ਹੇ ਚੋਂ ਆ ਜਾਈਏ, ਝੋਟੀ ਚੰਗੀ ਹੋਣੀ ਚਾਹੀਦੀ, ਹਾਂ ਝੋਟੀ ਚੰਗੀ ਹੋਣੀ ਚਾਹੀਦੀ ਹੈ ਜੀ। ਹਾਂ, ਕਿਉਂਕਿ ਤੁਹਾਨੂੰ ਪਤਾ ਵੀ ਨਾਰਮਲ ਤੇ ਚੱਕਰ ਇਹ ਆ ਵੀ ਇਹਦੇ ਬੱਚੇ ਨੇ ਜਿਹੜੇ ਜ਼ਿਆਦਾ ਬਾਈ ਕਹਿੰਦਾ ਵੀ ਲੈਂਥ ਦੇ ਆਉਂਦੇ ਨੇ, ਜ਼ਿਆਦਾ ਵੱਡੇ ਕੱਦ ਦੇ ਆਉਂਦੇ ਨੇ, ਨਾਰਮਲ ਮੱਝ ਦੇ ਵੀ ਸਿਸਟਮ ਸੂਣ ਵੇਲੇ। ਹਾਂ, ਇਹਦਾ ਤਾਂ ਮੰਨ ਲਓ ਵੀ ਬੱਚਾ ਹਜੇ ਆਇਆ ਨਹੀਂ, ਇਹ ਤਾਂ 4-5 ਮਹੀਨੇ ਦੀਆਂ ਮੱਝਾਂ ਛੱਡਣ ਲੱਗੇ ਆ, ਯਾਨੀ ਕਿ ਜਿਹੜਾ ਇਹਦੀ ਭੈਣ ਦਾ ਬੇਟਾ ਸੀ ਉਹ ਸਾਡੇ ਕੋਲੇ ਸੀ, ਉਹ ਅਸੀਂ ਪਹਿਲਣਾ ਤੇ ਛੱਡਿਆ, ਪਰ ਉਹ ਪਹਿਲਣਾ ਸਵਾਉਣੀਆਂ ਬਹੁਤ ਔਖਾ ਹੈ, ਠੀਕ ਹੈ ਜੀ। ਹਾਂ, ਫਿਰ ਇਹ ਤਾਂ ਉਹਦੇ ਤੋਂ ਵੀ ਜ਼ਿਆਦਾ ਹੋਣਾ, ਇਹਨੇ ਭੈਣ ਦਾ ਜਿਹੜਾ ਉਹ ਕੱਟਾ ਦੀਗਾ, ਹਾਂਜੀ। ਉਹਦੀਆਂ ਝੂਟੀਆਂ ਕਿੰਨੇ ਕਿਦੇ ਉੱਤੇ ਚੱਲੀਆਂ ਬਾਈ? ਉਹਦੇ 16-15-16 ਲੀਟਰ ਪਹਿਲੇ ਸੂਏ ਦੇ ਕੱਢੀਆਂ ਜੀ, 12-13 ਵਾਲੀਆਂ ਮੈਸਾਂ, 12-13 ਸਾਡੇ ਪਿੰਡਾਂ ਚ 12-13 ਕਿਲੋ ਵਾਲੀਆਂ ਮੈਸਾਂ ਜੀ। ਉਹ ਕਿੱਥੇ ਚਲਾ ਗਿਆ ਫਿਰ? ਉਹ ਰਾਜਸਥਾਨ ਉੱਠ ਗਿਆ ਜੀ, ਪੁਸ਼ਕਰ ਜ਼ਿਲ੍ਹੇ ਚ, ਮੇਰੇ ਦੋਸਤ ਸੀ ਘੋੜੀਆਂ ਵਾਲੇ, ਉਹਨਾਂ ਨੂੰ ਦੇਤਾ, ਠੀਕ ਹੈ ਜੀ। ਐ ਘੋੜੀਆਂ ਵੀ ਰੱਖਦੇ ਆਪਾਂ? ਹਾਂ, ਪਹਿਲਾਂ ਰੱਖਦੇ ਸੀ, ਹੁਣ ਫਿਰ ਛੱਡ ਕੇ ਕਿੱਤਾ ਹੋਈ, ਠੀਕ ਹੈ ਗੱਲ। ਮੇਲੇ ਮੂਲੇ ਹੀ ਪਾਉਂਦੇ ਬਾਈ ਕਿਨ ਘੋੜੀਆਂ? ਹਾਂਜੀ, ਘੋੜੀਆਂ ਮੇਲੇ ਤੇ ਜਾਂਦੇ ਸੀ, ਠੀਕ ਹੈ ਗੱਲ। ਇਹਦਾ ਕੀ ਸੀ ਨਾ ਫਿਰ ਹੁਣ ਧਨੌਲੇ ਵਾਲੇ ਮੇਲੇ ਬਾਰੇ ਦੱਸ ਦੇ ਵੀ ਪਾਵਾਂਗੇ? 100% ਤਾਂ ਪਾਵਾਂਗੇ ਯਾਰ ਬਾਈ, ਪਾਵਾਂਗੇ। ਬਾਕੀ ਦਬਾਅ ਮੈਂ ਵੀ ਬਾਈ ਨੂੰ ਇਹੀ ਪਾਇਆ ਵੀ ਚੀਜ਼ ਯਾਰ ਕੁਆਲਿਟੀ ਦੀ ਹੈ, ਇਹ ਆਮ ਕਿਸਾਨ ਦੇ ਘਰੇ ਖੜਾ, ਕਿਸੇ ਬ੍ਰੀਡਰ ਦੇ ਘਰੇ ਨਹੀਂ ਹੈਗਾ ਕੱਟਾ, ਕੋਈ ਬਾਲੀ ਇਹਦੀ ਮੋਡੀਫਿਕੇਸ਼ਨ ਨਹੀਂ ਕਰੀ, ਤੁਸੀਂ ਰੱਸੇ ਵੀ ਚੈੱਕ ਕਰ ਸਕਦੇ ਹੋ, ਬਾਈ ਨੇ ਰੱਸਾ ਵੀ ਨਹੀਂ ਬਦਲਿਆ, ਰੱਸਾ ਵੀ ਉਹੀ ਆ ਪੁਰਾਣਾ ਰੂਟੀਨ ਵਾਲਾ, ਮੋਡੀਫਿਕੇਸ਼ਨ ਨਹੀਂ ਕਰੀ, ਪਰ ਇਹ ਆਪ ਬੋਲਦੀ ਆ, ਚੀਜ਼ ਬੋਲਦੀ ਆ, ਕੁਆਲਿਟੀ ਬੋਲਦੀ ਆ, ਕਿਉਂਕਿ ਕੁਆਲਿਟੀ ਨੂੰ ਮੈਂ ਸੋਚਦਾ ਵੀ ਬਾਲਾ ਬਾਈ ਮੋਡੀਫਿਕੇਸ਼ਨ ਵੀ ਨਹੀਂ ਕਰਨ ਦੀ ਲੋੜ ਹੀ ਨਹੀਂ, ਚੀਜ਼ ਆਪੇ ਬੋਲਦੀ ਆ ਨਾ, ਹਾਂਜੀ ਹਾਂਜੀ। ਬਾਕੀ ਧਨੌਲੇ ਮੇਲੇ ਤੇ ਕਰਾਵਾਂਗੇ ਆਪਾਂ ਸੱਜਣਾ ਨੂੰ ਦਰਸ਼ਨ, ਨੰਬਰ ਬੋਲ ਦਿਓ ਜੀ, 88-721-23-97। ਇੱਕ ਵਾਰੀ ਹੋਰ ਬੋਲ ਦਿਓ ਜੀ, 88-721-23-97। ਪਿੰਡ ਆਪਣਾ ਆ ਗਿਆ ਪਿੰਡ ਝੱਖੜ ਵਾਲਾ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਜੈਤੋ ਜੀ। ਹਾਂ, ਲਕੀਰਾਂ ਖੋਲ ਕੇ ਲੰਬਾ ਜਿਹਾ ਚਲਾ ਦੇ ਪਈ ਜੈਨ, ਹਰੇਕ ਪੱਖ ਤੋਂ ਕੱਟਾ ਜੇ ਆਪਾਂ ਕਹਿ ਸਕਦੇ ਹਾਂ ਵੀ ਸਿਰਾ ਕੁਆਲਿਟੀ ਦੇ ਵਿੱਚ ਆ ਗਿਆ ਬਿਲਕੁਲ, ਤੇ ਤੋਰਾ ਤੂਰਾ ਚੈੱਕ ਕਰ ਸਕਦੇ ਹੋ। ਬਾਕੀ ਧਨੌਲੇ ਵਾਲੇ ਮੇਲੇ ਤੇ ਜੇ ਸੱਜਣ ਇਹ ਪਹੁੰਚ ਗਿਆ ਤਾਂ ਕੁਆਲਿਟੀ ਇਹਦੀ ਕਿੰਨੀ ਕੁ ਟੌਪ ਹੈ ਉਹ ਜੱਜ ਵੀ ਦੱਸਣਗੇ, ਤੇ ਬਾਕੀ ਚੀਜ਼ ਬੋਲਦੀ ਵੀ ਆ, ਕਮਾਲ ਆ ਬਾਈ। ਇੱਥੋਂ ਆ ਥੱਲੇ ਵਾਲੇ ਬੰਨੇ ਹੋ ਜਾ ਗਰੀ, ਇੱਧਰਲੇ ਬੰਨੇ ਹੋ ਕੇ ਦਿਖਾ ਦੇ, ਤੇ ਲੰਬਾ ਲੰਬਾ ਦਾ ਫੁੱਲ ਆ ਗਿਆ, ਉਰੋਂ ਦੰਦ ਚੌਕ ਦਾ ਇੱਕ ਸਿੱਟ ਆ, ਉਮਰ ਇਹਦੀ ਆ ਗਈ 3.5 ਸਾਲ, ਪਿੰਡ ਖੜਾ ਸਾਨ ਇਹ ਝੱਖੜ ਵਾਲਾ, ਤਹਿਸੀਲ ਆ ਗਈ ਬਾਈ ਹੋਰਾਂ ਦੀ ਜੈਤੋ ਮੰਡੀ, ਤੇ ਜ਼ਿਲ੍ਹਾ ਆ ਗਿਆ ਬਾਈ ਹੋਰਾਂ ਨੂੰ ਸੱਜਣੋ ਫਰੀਦਕੋਟ, ਕਿਉਂਕਿ ਫਰੀਦਕੋਟ ਆਪਾਂ ਵੀ ਕਿਸੇ ਗੱਲ ਤੋਂ ਪਹੁੰਚੇ ਹਾਂ, ਚੀਜ਼ ਦੇਖ ਕੇ ਕੁਆਲਿਟੀ ਫੇਰ ਆਏ ਹਾਂ ਬਾਈ ਕੋਲੇ, ਕਿਉਂਕਿ ਮੁੱਲ ਜਿਹਾ ਮੁੜ ਗਿਆ, ਲੈ ਚੱਲ ਬਾਈ ਬਸ। ਤੇ ਨੰਬਰ ਸੱਜਣੋ ਬਾਈ ਦਾ ਸਕਰੀਨ 'ਤੇ ਚਲਾ ਦੂੰਗਾ, ਫੋਰ ਸੇਲ ਇਹ ਝੋਟਾ ਹੈ ਨਹੀਂ ਗਾ,
ਡਾਇਰੈਕਟ ਕਰੋਸਿੰਗ ਵਾਸਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ, ਪਰ ਬਾਈ ਕਹਿੰਦਾ ਉਹਦੇ ਵਾਸਤੇ ਮੱਝ ਚੰਗੀ ਹੋਣੀ ਚਾਹੀਦੀ ਹੈ। ਅਤੇ ਬਾਕੀ ਕੱਟਾ ਬਾਈ ਦਾ ਕਿੱਦਾਂ ਦਾ ਲੱਗਿਆ, ਬਾਈ ਦੀ ਸਾਂਭ ਸੰਭਾਲ ਕਿੱਦਾਂ ਦੀ ਲੱਗੀ, ਇਹਦੀ ਬਰੀਡ ਕਿੱਦਾਂ ਦੀ ਲੱਗੀ, ਮੈਨੂੰ ਕਮੈਂਟ ਕਰਕੇ ਦੱਸਿਓ। ਧੰਨਵਾਦ ਜੀ।